ਪ੍ਰੋਗਰਾਮ ਖਬਰ ਅਤੇ ਵਿਚਾਰ ਦੇਖ ਰਹੇ ਪਿਆਰੇ ਦਰਸ਼ਕੋ, ਮੈਂ ਪਰਮਜੀਤ ਸਿੰਘ ਪੰਮੀ ਅੱਜ ਫਿਰ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਮੇਰਾ ਸਾਥ ਦੇ ਰਹੇ ਨੇ ਸਰ ਜਸਪਾਲ ਸਿੰਘ ਜੀ ਹੇਰਾ, ਮੁੱਖ ਸੰਪਾਦਕ ਰੋਜ਼ਾਨਾ ਪਹਿਰੇਦਾਰ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇਰਾ ਸਾਹਿਬ, ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਨਤੀਜਿਆਂ ਦਾ ਮੌਸਮ ਆ, ਜਿੱਥੇ ਚੋਣਾਂ ਦਾ ਮੌਸਮ ਚੱਲ ਰਿਹਾ ਉੱਥੇ ਅੱਜ ਕੱਲ੍ਹ ਨਤੀਜਿਆਂ ਦਾ ਮੌਸਮ ਵੀ ਆ। ਆਪਾਂ ਦੇਖਿਆ ਕਿ ਦੋ ਦਿਨ ਪਹਿਲਾਂ CBSE ਸਕੂਲਾਂ ਦੇ ਅਤੇ ICSE ਸਕੂਲਾਂ ਦੇ ਨਤੀਜੇ ਆਏ ਨੇ। ਔਰ ਅੱਜ ਸਾਡਾ ਜਿਹੜਾ ਸਿੱਖਿਆ ਵਿਭਾਗ ਆ, ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ। ਔਰ ਇਹ ਨਤੀਜਾ ਬੜਾ ਕਹਿਣ ਨੂੰ ਸ਼ਾਨਦਾਰ ਰਿਹਾ। CBSE ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਦਾ ਕੀ ਫਰਕ ਹੈ? ਪੰਮੀ ਭਾਜੀ, ਦੇਖੋ CBSE ਦੇ ਜਿਹੜੇ ਨਤੀਜੇ ਹੁੰਦੇ ਨੇ ਉਹ ਨਤੀਜੇ ਤਕਰੀਬਨ ਸਾਰੇ ਜਿਹੜੇ ਦੇਸ਼ ਦੇ ਵਿੱਚ ਜਿਹੜੀਆਂ ਉੱਚ ਵਿੱਦਿਅਕ ਸੰਸਥਾਵਾਂ ਨੇ, ਚਾਹੇ ਉਹ DAVPED ਆ ਜਾਂ ਕੋਈ ਹੋਰ ਜਿਹੜੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਸਕੂਲ ਨੇ, ਉਹ ਉਹਦੇ ਨਾਲ ਸੰਬੰਧਿਤ ਨੇ। ਠੀਕ ਹੈ ਜੀ। ਕਿਉਂਕਿ ਪਿੱਛੇ ਜੇ ਮੈਨੂੰ ਇੱਕ ਜਿਹਾ ਟਿੱਪਣੀ ਯਾਦ ਆ ਰਹੀ ਆ ਕਿ ਤੁਹਾਡੇ ਸਰਕਾਰੀ ਸਕੂਲਾਂ ਦੇ ਬਾਰੇ ਇੱਕ ਪੰਜਾਬ ਦੇ ਮੰਤਰੀ ਨੇ ਕਿਹਾ ਵੀ ਢਾਬੇ ਆ। ਹਾਂਜੀ ਬਿਲਕੁਲ, ਢਾਬੇ ਅਤੇ ਇੱਕ 5-star ਰੈਸਟੋਰੈਂਟ, 5-star ਹੋਟਲ, ਇੱਕ ਪਾਸੇ ਢਾਬੇ। ਸੋ ਇਹ ਜਿਹੜੇ ਚੋਣ ਨਤੀਜੇ ਆਏ ਨੇ, ਬਿਨਾਂ ਸ਼ੱਕ ਮਤਲਬ ਢਾਬਿਆਂ ਨੇ 5-star ਹੋਟਲਾਂ ਨੂੰ ਮਾਤ ਦਿੱਤੀ ਆ, ਪ੍ਰਾਈਵੇਟ ਸਕੂਲਾਂ ਨੂੰ ਮਾਤ ਦਿੱਤੀ ਆ। ਕਿਉਂਕਿ ਜਦੋਂ ਮਤਲਬ ਬੜੀ ਹੈਰਾਨੀ ਵਾਲੀ, ਸ਼ਾਇਦ ਬਹੁਤਿਆਂ ਨੂੰ ਹੈਰਾਨੀ ਹੋਊਗੀ ਇਸ ਗੱਲ ਦੀ, ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਿਹੜਾ ਨਤੀਜਾ, ਉਹਦੇ 'ਚ ਜਿਹੜੇ ਸਰਕਾਰੀ ਸਕੂਲ ਨੇ, ਪਿੰਡਾਂ ਦੇ ਸਕੂਲ ਨੇ ਮੁੱਖ ਰੂਪ ਦੇ ਵਿੱਚ, ਸ਼ਹਿਰਾਂ ਦੇ ਵਿੱਚ ਹੈਗੇ ਸਰਕਾਰੀ ਸਕੂਲ, ਪਰ ਮੁੱਖ ਰੂਪ 'ਚ ਪਿੰਡਾਂ ਦੇ ਸਕੂਲ ਨੇ ਜਿਹੜੇ 88% 88.21% ਨਤੀਜਾ, ਅਤੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦਾ 88.21% ਆ। ਬਿਲਕੁਲ, ਮਤਲਬ 9% ਦਾ ਜਿਹੜਾ ਆਪਣੇ ਦੇ ਵਿੱਚ ਨਤੀਜੇ ਦੇ ਵਿੱਚ ਅੰਤਰ ਆ, ਇਹ ਦੱਸਦਾ ਵੀ ਕਿਤੇ ਨਾ ਕਿਤੇ ਇਸ ਵੇਲੇ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੀ ਹਾਲਤ ਆ ਜਿਹੜੀ ਉਹ ਬਹੁਤ ਸੁਧਰ ਚੁੱਕੀ ਆ। ਹਾਂਜੀ। ਸੋ ਭਾਵੇਂ ਕਿ ਇਹ ਕਿਹਾ ਵੀ ਜਾਂਦਾ ਵੀ ਕੋਈ ਸਰਕਾਰੀ ਜਿਹੜਾ ਮਾਸਟਰ ਵਾ ਉਹਦੇ ਬੱਚੇ ਨੂੰ ਸਰਕਾਰੀ ਸਕੂਲ ਨਹੀਂ ਪੜ੍ਹਾਉਂਦਾ, ਅਤੇ ਹੁਣ ਇਹ ਇਹ ਇਸ ਨਤੀਜੇ ਤੋਂ ਬਾਅਦ ਇਸ ਗੱਲ 'ਚ ਮੈਨੂੰ ਲੱਗਦਾ ਕਿ ਬਹੁਤ ਵੱਡਾ ਫਰਕ ਆ ਜਿਹੜਾ ਉਹ ਆ ਜਾਣਾ ਚਾਹੀਦਾ, ਕਿ ਜਿਹੜੇ ਮਾਸਟਰ ਨੇ ਉਹ ਵੀ ਇਹ ਸੋਚਣਗੇ ਵੀ ਸਾਡੇ ਜਿਹੜੇ ਸਰਕਾਰੀ ਸਕੂਲ ਆ ਇਹਨਾਂ ਦੇ ਨਤੀਜੇ ਨਾ ਉਹ ਮਾਣ ਕਰਨ ਇਸ ਗੱਲ 'ਤੇ, ਮੈਂ ਸਮਝਦਾ। ਬਿਲਕੁਲ, ਕਿ ਸਰਕਾਰੀ ਸਕੂਲਾਂ ਦੇ ਨਤੀਜੇ ਨੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਤੋਂ ਕਿਤੇ ਵਧੀਆ ਨੇ। ਬਿਲਕੁਲ ਜੀ। ਸੋ ਇਹ ਇੱਕ ਪਾਸੇ ਤਾਂ ਇਹ ਕਿ ਪੇਂਡੂ ਵਿਦਿਆਰਥੀ ਨੇ ਜਿਹੜੇ ਉਹਨਾਂ ਨੇ ਸ਼ਹਿਰੀ ਵਿਦਿਆਰਥੀਆਂ ਨੂੰ ਮਾਤ ਦਿੱਤੀ ਆ, ਦੂਜਾ ਇਹ ਆ ਵੀ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਦਿੱਤੀ ਆ, ਤੀਜੀ ਇਹ ਗੱਲ ਆ ਕਿ ਜਿਹੜੇ ਫਸਟ ਸੈਕੰਡ ਥਰਡ ਆਉਣ ਵਾਲੇ ਬੱਚੇ ਨੇ ਉਹ ਵੀ ਜਿਵੇਂ CBSE ਦੇ ਵਿੱਚ ਜਾਂ ਦੂਸਰੇ ਜਿਹੜਾ ਆਪਣਾ ICSE ਉਹਦੇ ਵਿੱਚ ਵੀ ਬੱਚੇ ਜਿਹੜੇ ਉਹ 99-100% ਦੇ ਆਸ ਪਾਸ ਪੁੱਜੇ ਆ। ਹਾਂਜੀ। ਸੋ ਇਹ ਬੱਚੇ ਆ ਜਿਹੜੇ ਇਹ ਵੀ ਇਸ ਵਾਰ 97% 98.98% ਆ ਜਿਹੜਾ ਉਹਦੇ 'ਚ ਪਹੁੰਚੇ ਨੇ। ਮਤਲਬ ਫਰਕ ਆ ਜਿਹੜਾ ਬਹੁਤ ਨੇੜੇ ਨੇੜੇ ਆ ਗਿਆ, ਜਿਹੜੇ ਫਸਟ ਸੈਕੰਡ ਥਰਡ ਆਉਣ ਵਾਲੇ ਬੱਚੇ ਵੀ ਆ ਉਹਨਾਂ 'ਚ ਵੀ ਹੁਣ ਜੇ ਮਤਲਬ ਇਸ ਬੱਚੀ ਨੇ 650 'ਚੋਂ 647 ਅੰਕ ਪ੍ਰਾਪਤ ਕੀਤੇ ਜਿਹੜੀ ਫਸਟ ਆਈ ਆ। ਤੇਜਾ ਸਿੰਘ ਸਵਤੰਤਰ ਸੀਨੀਅਰ ਸੈਕੰਡਰੀ ਸਕੂਲ ਦੀ ਕੁੜੀ ਹੈ ਜੀ। ਤੇਜਾ ਸਿੰਘ ਸਵਤੰਤਰ ਸੀਨੀਅਰ ਸੈਕੰਡਰੀ ਸਕੂਲ, ਮਤਲਬ 2 ਸਾਲ ਪਹਿਲਾਂ ਵੀ ਜਦੋਂ ਉਹਨਾਂ ਨੇ ਬਹੁਤ ਸਾਰੀਆਂ ਮੈਰਿਟਾਂ ਲਈਆਂ ਸੀਗੀਆਂ ਉਦੋਂ ਵੀ ਚਰਚਾ 'ਚ ਆਇਆ ਸੀ, ਹੁਣ ਵੀ ਉਸ ਸਕੂਲ ਦੀ ਵਿਦਿਆਰਥਣ ਨੇ ਨੇਹਾ ਵਰਮਾ ਨੇ ਉਹਨੇ ਪਹਿਲਾ ਸਥਾਨ ਲੈ ਕੇ, ਅਤੇ ਖਾਸ ਕਰਕੇ ਮਤਲਬ 650-647 ਨੰਬਰ ਲੈ ਕੇ ਉਹਨੇ ਇੱਕ ਚੰਗਾ ਮਤਲਬ ਰਿਕਾਰਡ ਆ ਜਿਹੜਾ ਉਹ ਕਾਇਮ ਕੀਤਾ।
ਸੋ ਅਸੀਂ ਤਾਂ ਮਤਲਬ ਇਹੀ ਕਾਮਨਾ ਕਰਾਂਗੇ ਕਿ ਇਹ ਜਿਹੜੇ ਨਤੀਜੇ ਆਏ ਨੇ ਅਗਲੇ ਵਰੇ ਇਸੇ ਤਰ੍ਹਾਂ ਬਰਕਰਾਰ ਹੀ ਨਾ ਰਹਿਣ, ਤੋਂ ਵੀ ਥੋੜ੍ਹਾ ਕਦਮ ਅੱਗੇ ਤੁਰਨ, ਤਾਂ ਕਿ ਇੱਕ ਜਿਹੜਾ ਸਰਕਾਰੀ ਸਕੂਲਾਂ 'ਤੇ ਲੱਗਿਆ ਧੱਬਾ, ਹਾਂਜੀ, ਇੱਕ ਇਹਦੇ ਵਿੱਚ ਕੋਈ ਦੌਰ ਰਹਿਵਾ ਨਹੀਂ ਕਿ ਸਰਕਾਰੀ ਸਕੂਲਾਂ 'ਤੇ ਇੱਕ ਧੱਬਾ ਲੱਗਾ ਹੋਇਆ ਵੀ ਇਹਦੇ 'ਤੇ ਕਿਹੜਾ ਕੋਈ ਪੜ੍ਹਾਈ ਹੁੰਦੀ ਹੈ। ਜਿਹੜਾ ਸਾਹਿਬ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਆ, ਅਤੇ ਕਿਉਂਕਿ ਜਿਹੜਾ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਲਣ ਲੱਗ ਜੀ ਢੋਲੇਵਾਲ ਜੀ, ਉਹਦੇ 5 ਬੱਚੇ ਮੈਰਿਟ ਵਿੱਚ ਆਏ ਨੇ। ਔਰ ਇਸ ਤਰ੍ਹਾਂ ਹੋਰ ਰੁੜਕਾ ਸਕੂਲ ਆ ਜਿਹੜਾ ਗਵਰਨਮੈਂਟ ਹਾਈ ਸਕੂਲ ਰੁੜਕਾ ਡੇਲੋ ਦੇ ਕੋਲ, ਉਹਦਾ ਬੱਚਾ ਬਹੁਤ ਅੱਛੇ ਨੰਬਰ ਲੈ ਕੇ ਪਾਸ ਹੋਇਆ, ਉਹ ਵੀ ਮੈਰਿਟ ਵਿੱਚ ਆਇਆ ਬੱਚਾ। ਦੇਖੋ ਇਹ ਤਾਂ ਦੇਖੋ ਓਵਰਆਲ ਜਿਹੜਾ ਨਤੀਜਾ ਉਹੀ ਇਹ ਗੱਲ ਦੱਸਦਾ ਵੀ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਆ ਜਿਹੜੀ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਚੰਗੀ ਰਹੀ ਆ। 88 ਤੇ 89 ਚ ਬਹੁਤ ਫਰਕ ਆ, ਹਾਂਜੀ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਉਹਨਾਂ ਦੀ ਪਾਸ ਪ੍ਰਤੀਸ਼ਤ ਆ ਜਿਹੜੀ ਫੀਸਦੀ ਆ ਉਹ ਵੱਧ ਆ, ਤੇ ਮੈਰਿਟ ਚ ਆਉਣ ਦੀ ਜਿਹੜੀ ਹੈਗੀ ਆ ਉਹ ਵੀ ਵੱਧ ਹੋਊਗੀ। ਬਿਲਕੁਲ ਜੀ। ਸੋ ਜਿਹੜੇ ਬੱਚੇ ਪਾਸ ਵੱਧ ਹੋ ਰਹੇ ਆ ਤੇ ਉਹ ਜਿਹੜੀਆਂ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਆਈਆਂ। ਲੁਧਿਆਣਾ ਜ਼ਿਲ੍ਹਾ ਜਿਹੜਾ ਇਹਨੂੰ ਠੀਕ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਨਅਤੀ ਜ਼ਿਲ੍ਹਾ ਵਾ ਜਿਹੜਾ ਮੰਨਿਆ ਜਾਂਦਾ, ਪਰੰਤੂ ਨਾਲ ਦੀ ਨਾਲ ਇਹਨੂੰ ਪੜ੍ਹਿਆ ਲਿਖਿਆ ਦਾ ਜ਼ਿਲ੍ਹਾ ਵੀ ਕਹਿੰਦੇ ਨੇ। ਬਿਲਕੁਲ ਜੀ। ਸੋ ਜੇ ਇਸ ਜ਼ਿਲ੍ਹੇ ਦੇ ਵਿੱਚ ਮੈਰਿਟਾਂ ਵੱਧ ਆਉਂਦੀਆਂ ਨੇ ਜਾਂ ਨਤੀਜਾ ਵਧੀਆ ਆਉਂਦਾ ਵਾ, ਤਾਂ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਬੇਸਿਕ ਸੁਵਿਧਾਵਾਂ ਨੇ ਜਿਹੜੀਆਂ ਮਤਲਬ ਸਕੂਲਾਂ ਦੀਆਂ ਜਾਂ ਕਾਲਜਾਂ ਦੀਆਂ ਜਾਂ ਯੂਨੀਵਰਸਿਟੀ ਦੀਆਂ, ਉਹ ਲੁਧਿਆਣੇ ਜ਼ਿਲ੍ਹੇ 'ਚ ਮਤਲਬ ਬੁਨਿਆਦੀ ਸਹੂਲਤਾਂ ਨੇ ਉਹ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ। ਉਹਦਾ ਅਸਰ ਹੈ ਜਿਹੜਾ ਉਹਦਾ ਪ੍ਰਭਾਵ ਵੀ ਆ, ਕਿਉਂਕਿ ਪੜ੍ਹੇ ਲਿਖੇ ਬੱਚੇ ਆ ਜਿਹੜੇ ਉਹਨਾਂ ਦੇ ਮਾਂ ਬਾਪ ਵੀ ਪੜ੍ਹੇ ਲਿਖੇ ਨੇ, ਸੋ ਉਹ ਪੀੜ੍ਹੀ ਦਰ ਪੀੜ੍ਹੀ ਜਦੋਂ ਇਸ ਤਰ੍ਹਾਂ ਦੀ ਗੱਲ ਆ ਜਿਹੜੀ ਉਹ ਸਾਹਮਣੇ ਆਉਂਦੀ ਆ, ਉਹਦਾ ਪ੍ਰਭਾਵ ਵੀ ਜ਼ਰੂਰ ਉਸੇ ਤਰ੍ਹਾਂ ਦਾ ਪੈਂਦਾ। ਹਾਂ ਬਿਲਕੁਲ ਜੀ। ਅਸੀਂ ਜ਼ਰੂਰ ਜਿਹੜੇ ਬੱਚੇ ਮੈਰਿਟ ਵਿੱਚ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਅਦਾਰਾ ਪਹਿਰੇਦਾਰ ਵੱਲੋਂ ਬਹੁਤ ਬਹੁਤ ਮੁਬਾਰਕਾਂ, ਉਹਨਾਂ ਦੇ ਸਕੂਲ ਦੇ ਸਟਾਫ ਨੂੰ ਅਸੀਂ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਜਿਹੜਾ ਮਤਲਬ ਜਿਹੜੀ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਗਲੇ ਸਾਲ ਇਹ ਨਤੀਜਾ ਇਸ ਤੋਂ ਵੀ ਹੋਰ ਵਧੀਆ ਆਵੇ। ਹਾਂ ਬਿਲਕੁਲ ਜੀ। ਸਰਕਾਰੀ ਸਕੂਲਾਂ ਦੇ ਸਾਰੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਵੀ ਵਧਾਈ, ਕਿਉਂਕਿ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਇਹ ਨਤੀਜਾ ਉਹਨਾਂ ਦੀ ਕਾਰਗੁਜ਼ਾਰੀ ਦਾ ਜਿਉਂਦਾ ਜਾਗਦਾ ਸਬੂਤ ਹੈ। ਚੋਣਾਂ ਦਾ ਬੁਖਾਰ ਬਹੁਤ ਤੇਜ਼ੀ ਨਾਲ ਉੱਪਰ ਜਾ ਰਿਹਾ, ਔਰ ਜਿੰਨੇ ਵੀ ਉਮੀਦਵਾਰ ਨੇ ਉਹ ਡੋਰ ਟੂ ਡੋਰ ਜਾ ਰਹੇ ਨੇ, ਘਰ ਘਰ ਜਾ ਰਹੇ ਨੇ, ਔਰ ਇੱਕ ਕਿਉਂਕਿ ਇਹ ਵੀ ਮਾਹੌਲ ਬਣ ਗਿਆ ਕਿ ਲੋਕ ਜਾਗਰੂਕ ਹੋ ਗਏ ਨੇ ਜਿਹੜੇ ਵੋਟਰ ਨੇ, ਔਰ ਉਹ ਉਮੀਦਵਾਰਾਂ ਨੂੰ ਸਵਾਲ ਪੁੱਛਦੇ ਨੇ ਔਰ ਵਿਰੋਧ ਕਰਦੇ ਨੇ ਇਸ ਗੱਲ ਦਾ। ਇੱਕ 87 ਸਾਲਾ ਬਜ਼ੁਰਗ ਜਿਹੜਾ ਉਹ ਬਾਦਲਾਂ ਨੂੰ ਜਦੋਂ ਕਿ ਬੀਬੀ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਗਏ ਨੇ, ਉਹਨਾਂ ਨੂੰ ਵਿਰੋਧ ਕੀਤਾ ਉਹਨੇ, ਅਤੇ ਬਾਦਲਾਂ ਨੇ ਉਹਨੂੰ ਧੂ ਕੇ ਜਿਹੜਾ ਉੱਥੇ ਜਿਹੜੇ ਉਹਨਾਂ ਦੇ ਵਰਕਰ ਸੀਗੇ ਉਹ ਬਾਬੇ ਨੂੰ ਬਾਹਰ ਕੱਢਤਾ। ਇਹ ਪੂਰਾ ਮਾਮਲਾ ਕੀ ਹੈ? ਦੇਖੋ ਬਠਿੰਡੇ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦਾ ਚੋਣ ਜਲਸਾ, ਸੋ ਜਦੋਂ ਉਹ ਚੋਣ ਜਲਸੇ ਵਿੱਚ ਗਈ ਆ ਅਤੇ ਉੱਥੇ ਇੱਕ 87 ਸਾਲ ਦਾ ਬਜ਼ੁਰਗ ਆ ਜਿਹੜਾ ਉਹ ਆਪਦਾ ਸਾਈਕਲ ਲੈ ਕੇ ਖੜ੍ਹਾ, ਅਤੇ ਉਹਨੇ ਮਤਲਬ ਕਿਹਾ ਕਿ ਮੈਂ ਸਵਾਲ ਪੁੱਛਣਾ ਵਾ ਬੀਬੀ ਨੂੰ, ਸੋ ਕਿ ਇਹ ਜਿਹੜੀ ਆਟਾ ਦਾਲ ਸਕੀਮ ਆ ਇਹ ਕੇਂਦਰ ਸਰਕਾਰ ਨੇ ਬੰਦ ਕਿਉਂ ਕਰਤੀ ਆ? ਹਾਂਜੀ। ਅਤੇ ਉਹਨੇ ਮਤਲਬ ਜਦੋਂ ਹਲੇ ਮਤਲਬ ਆਪਦਾ ਵਿਰੋਧ ਦੇ ਵਿੱਚ ਸਵਾਲ ਪੁੱਛਣ ਦੇ ਲਈ ਆਪਦੀ ਆਵਾਜ਼ ਚੱਕੀ ਸੀ, ਉਹਨੂੰ 87 ਸਾਲ ਦਾ ਬਜ਼ੁਰਗ ਆ, ਉਦੋਂ ਹੀ ਉਹ ਜਿਹੜੇ ਮਤਲਬ ਉਹਦੇ ਸੁਰੱਖਿਆ ਮੁਲਾਜ਼ਮ ਸੀ ਬੀਬੀ ਦੇ, ਉਹਨਾਂ ਨੇ ਆ ਕੇ ਉਹਦਾ ਮੂੰਹ 'ਤੇ ਹੱਥ ਰੱਖ ਕੇ ਬੰਦ ਕਰ ਲਈ, ਉਹਦੀ ਮੂੰਹ ਬੰਦ ਕਰਤਾ, ਉਹਦਾ ਉਹਦੀ ਆਵਾਜ਼ ਨਹੀਂ ਨਿਕਲ ਦਿੱਤੀ, ਅਤੇ ਉਹਨੂੰ ਚੱਕ ਕੇ ਆ ਜਿਹੜਾ ਉਹਨੂੰ ਘੜੀਸ ਕੇ ਆ ਜਿਹੜਾ ਉਹ ਚੋਣ ਜਲਸੇ ਤੋਂ ਬਾਹਰ ਲੈ ਗਏ। ਸੋ ਦੇਖੋ ਹੁਣ ਲੋਕਾਂ ਵੱਲੋਂ ਜਵਾਬਦੇਹੀ ਆ ਜਿਹੜੀ, ਉਹਦਾ ਇਹ ਜਵਾਬ ਤਾਂ ਹੈ ਨਹੀਂ,
ਹਾਂਜੀ ਕਿ ਤੁਸੀਂ ਆਖਿਰ ਨੂੰ ਕਿਹਦਾ ਕਿਹਦਾ ਮੂੰਹ ਬੰਦ ਕਰੋਗੇ? ਬਿਲਕੁਲ, ਜੇ ਮੂੰਹ ਬੰਦ ਸਾਰਿਆਂ ਦਾ ਮੂੰਹ ਬੰਦ ਕਰਨਾ ਤਾਂ ਤੁਹਾਨੂੰ ਕੰਮ ਕਰਨਾ ਪਊਗਾ। ਜੇ ਤੁਸੀਂ ਸਾਰਿਆਂ ਦਾ ਮੂੰਹ ਜ਼ਬਰਦਸਤੀ ਤਾਂ ਬੰਦ ਨਹੀਂ ਕਰ ਸਕਦੇ, ਇਕੱਲੇ ਤੋਂ ਇਕੱਲੇ ਦਾ ਤਾਂ ਠੀਕ ਹੈ, ਕੋਈ 87 ਸਾਲ ਦਾ ਬਜ਼ੁਰਗ ਸੀ ਉਹਦਾ ਤੁਸੀਂ ਮੂੰਹ ਬੰਦ ਕੀਤਾ, ਉਹਨੂੰ ਘੜੀਸ ਕੇ ਬਾਹਰ ਕੱਢਤਾ, ਪਰ ਤੂੰ ਸਾਰੀ ਜਨਤਾ ਦਾ ਸਾਰੇ ਲੋਕਾਂ ਦਾ ਮੂੰਹ ਕਿਵੇਂ ਬੰਦ ਕਰੋਗੇ? ਉਹਦੇ ਲਈ ਤਾਂ ਤੁਹਾਨੂੰ ਕੰਮ ਕਰਨਾ ਪਊਗਾ। ਤੁਹਾਡਾ ਕੰਮ ਆ ਜਿਹੜਾ ਉਹ ਸਾਰਿਆਂ ਦਾ ਮੂੰਹ ਬੰਦ ਕਰ ਸਕਦਾ, ਕਹਿ ਸਕਾ ਸਕਦਾ ਕਿ ਹਾਂ ਵੀ ਠੀਕ ਆ, ਜਿਹੜੀ ਗੱਲ ਇਹ ਕਹਿੰਦੀ ਆ ਇਹ ਸਹੀ ਆ, ਇਹ ਕਰਕੇ ਦਿਖਾਉਂਦੀ ਆ। ਪਰ ਤੂੰ ਜਦੋਂ ਤੁਸੀਂ ਕਰਨਾ ਕੁਛ ਨਹੀਂ, ਨਾ ਲੋਕਾਂ ਲਈ ਕਰਨਾ, ਨਾ ਇਲਾਕੇ ਲਈ ਕਰਨਾ, ਨਾ ਆਪਣੇ ਹਲਕੇ ਲਈ ਕਰਨਾ, ਤੇ ਫਿਰ ਤੁਸੀਂ ਇਹ ਚਾਹੋ ਕਿ ਲੋਕ ਸਵਾਲ ਵੀ ਨਾ ਪੁੱਛਣ? ਹਾਂਜੀ, ਇਹ ਦੋ ਗੱਲਾਂ ਤਾਂ ਹੋਣੀਆਂ ਨਹੀਂ। ਸੋ ਇਸ ਤਰ੍ਹਾਂ ਦਾ ਜਿਹੜਾ ਵਿਰੋਧ ਆ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਹੁਣ ਲੋਕ ਆ ਜਿਹੜੇ ਉਹ ਜਾਗਰੂਕ ਹੋ ਰਹੇ ਆ, ਇੱਕ ਨੂੰ ਦੇਖ ਕੇ ਦੂਜਾ, ਦੂਜੇ ਨੂੰ ਦੇਖ ਕੇ ਤੀਜਾ, ਜਿਵੇਂ ਗੁਰਬੂਜੇ ਨੂੰ ਦੇਖ ਕੇ ਗੁਰਬੂਜਾ ਰੰਗ ਫੜਦਾ ਵਾ, ਉਹ ਗੱਲ ਸਾਡੇ ਸਾਹਮਣੇ ਆ ਗਈ ਆ ਕਿ ਲੋਕ ਇੱਕ ਦੂਜੇ ਨੂੰ ਦੇਖ ਕੇ ਜਾਗਰੂਕ ਹੋ ਰਹੇ ਨੇ, ਉਹ ਸਵਾਲ ਪੁੱਛਦੇ ਨੇ, ਖੜੇ ਹੁੰਦੇ ਨੇ, ਸਾਹਮਣੇ ਖੜੇ ਹੁੰਦੇ ਨੇ। ਪਰੰਤੂ ਉਹਨਾਂ ਨੂੰ ਅਸੀਂ ਜੇ ਧੱਕੇ ਨਾਲ ਚਾਹੀਏ, ਜੇ ਆਪਾਂ ਚਾਹੀਏ ਕਿ ਉਹਨਾਂ ਨੂੰ ਧੱਕੇ ਨਾਲ ਬੰਦ ਕਰ ਦਿੱਤਾ ਜਾਊਗਾ, ਸੋ ਮੈਨੂੰ ਲੱਗਦਾ ਕਿ ਬਾਦਲ ਨੇ ਜਿਹੜੇ ਉਹ ਬੜੀ ਗਲਤ ਫਹਿਮੀ 'ਚ, ਵੱਡੀ ਗਲਤ ਫਹਿਮੀ 'ਚ ਆ। ਸ਼ੇਰਾ ਸਾਹਿਬ, ਮੈਨੂੰ ਲੱਗਦਾ ਕਿ ਇਕੱਲੇ ਬਾਦਲ ਹੀ ਗਲਤ ਫਹਿਮੀ 'ਚ ਨਹੀਂ ਹੈਗੇ, ਜਦੋਂ ਕਿ ਜਿਹੜਾ ਭਾਰਤੀ ਸੰਵਿਧਾਨ ਆ ਉਹ ਹਰ ਇੱਕ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ, ਬੋਲਣ ਦਾ ਅਧਿਕਾਰ ਦਿੰਦਾ, ਔਰ ਸਾਰੇ ਜਿਹੜੇ ਲੀਡਰ ਨੇ ਲੋਕ ਸਭਾ ਵਿੱਚ ਵੀ, ਵਿਧਾਨ ਸਭਾ ਵਿੱਚ ਵੀ ਜਾਂ ਬਾਹਰ ਵੀ, ਉਹ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਬੋਲਣ ਦਾ ਅਧਿਕਾਰ ਆ, ਅਸੀਂ ਬੋਲਾਂਗੇ। ਅਤੇ ਜੇ ਲੀਡਰਾਂ ਨੂੰ ਬੋਲਣ ਦਾ ਅਧਿਕਾਰ ਆ, ਅਤੇ ਆਮ ਜਿਹੜਾ ਵੋਟਰ ਆ ਉਹਨੂੰ ਆਪਣੀ ਆਪਣਾ ਪ੍ਰਸ਼ਨ ਪੁੱਛਣ ਦਾ, ਆਪਣਾ ਚੋਣ ਮੈਨੀਫੈਸਟੋ ਪੁੱਛਣ ਦਾ ਅਧਿਕਾਰ ਕਿਉਂ ਨਹੀਂ ਹੈ? ਦੇਖੋ, ਗੱਲ ਤਾਂ ਇਹਨਾਂ ਕਿ ਇਹਨਾਂ ਨੇ ਜਾ ਕੇ ਲੋਕ ਸਭਾ 'ਚ ਤਾਂ ਬੋਲਣਾ ਨਹੀਂ ਹੁੰਦਾ ਕਿਸੇ ਨੇ। ਬਿਲਕੁਲ ਜੀ, ਲੋਕ ਸਭਾ 'ਚ ਬੋਲਣ ਵਾਲੇ ਤਾਂ ਬਹੁਤ ਥੋੜ੍ਹੇ ਹੁੰਦੇ ਆ, ਫਿਰ ਇਹਨਾਂ ਨੂੰ ਵੀ ਅਸੀਂ ਤਾਂ ਲੋਕ ਸਭਾ 'ਚ ਜਾ ਕੇ ਨਹੀਂ ਬੋਲਦੇ, ਇਹ ਸਾਡੇ ਚੋਣ ਜਲਸੇ ਜਾ ਕੇ ਬੋਲੀ ਜਾਂਦੇ ਆ। ਬਿਲਕੁਲ, ਸੋ ਇਹ ਜਿਹੜੀ ਇਹਨਾਂ ਦੀ ਲੋਕਾਂ ਦੀ ਸੋਚ ਆ, ਚਾਹੇ ਉਹ ਠੀਕ ਹੈ ਕਿ ਚਾਹੇ ਉਹ ਬਾਦਲ ਕੇ ਆ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਕਿਸੇ ਹੋਰ ਧਿਰ ਨਾਲ ਹੈ, ਜਦੋਂ ਕੋਈ ਉਹਨਾਂ ਨੂੰ ਸਵਾਲ ਪੁੱਛਣ ਲਈ ਖੜਾ ਹੁੰਦਾ ਤੇ ਉਹਨਾਂ ਦਾ ਅਹੰਕਾਰ ਸਿਰ ਚੜ ਕੇ ਬੋਲਦਾ, ਉਹਨਾਂ ਉਹ ਮਤਲਬ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਕਿ ਸਾਨੂੰ ਕੋਈ ਸਵਾਲ ਪੁੱਛਣ ਲਈ ਖੜਾ ਹੋਵੇ, ਚਾਹੇ ਉਹ ਕੋਈ ਵੀ ਚਿਹਰਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਵੀ ਕਿਸੇ ਵੀ ਉਮੀਦਵਾਰ ਨੇ ਅੱਜ ਤੱਕ ਜਦੋਂ ਕੋਈ ਉਹਨੂੰ ਸਵਾਲ ਪੁੱਛਣ ਲਈ ਖੜਾ ਹੋਇਆ ਤਾਂ ਉਹਨੇ ਉਹਨੂੰ ਵੈਲਕਮ ਨਹੀਂ ਕੀਤਾ ਵੀ ਠੀਕ ਹੈ ਬਾਈ ਤੂੰ ਇੱਧਰ ਆ, ਮੇਰੀ ਥਾਂ 'ਤੇ ਆ ਕੇ ਖੜਾ ਹੋ, ਬੋਲ ਇੱਥੇ ਜੋ ਕੁਛ ਤੂੰ ਕਹਿਣਾ ਚਾਹੁੰਦਾ, ਮੈਂ ਉਹਦਾ ਜਵਾਬ ਦਊਂਗਾ ਅੱਜ। ਬਿਲਕੁਲ, ਇਹ ਗੱਲ ਤਾਂ ਹੀ ਕਹਿ ਸਕਦੇ ਜੇ ਉਹਨਾਂ ਨੂੰ ਆਪਦੇ ਆਪ 'ਤੇ ਭਰੋਸਾ ਹੋਵੇ, ਜਾਂ ਉਹਨਾਂ ਨੇ ਲੋਕਾਂ ਲਈ ਕੁਛ ਕੀਤਾ ਹੋਵੇ। ਠੀਕ, ਜੇ ਤੁਸੀਂ ਲੋਕਾਂ ਲਈ ਕੁਛ ਕੀਤਾ ਹੀ ਨਹੀਂ, ਫਿਰ ਤੁਸੀਂ ਲੋਕਾਂ ਦਾ ਸਾਹਮਣਾ ਕਿਵੇਂ ਕਰਨਾ ਹੋਵੇ? ਇਹ ਸਾਰੀ ਨੌਬਤ ਆ ਜਿਹੜੀ ਇਹ ਇੱਥੇ ਤੱਕ ਖੜੀ ਆ। ਹਾਂ ਬਿਲਕੁਲ ਜੀ, ਇੱਕ ਹੋਰ ਬੜੀ ਚਰਚਾ ਵਾਲੀ ਖਬਰ ਹੈ ਕਿ ਆਪਾਂ ਦੇਖਦੇ ਹਾਂ ਕਿ ਸਿਆਸਤ ਵਿੱਚ ਭਾਈ ਭਤੀਜਾਵਾਦ ਅਤੇ ਪਰਿਵਾਰਵਾਦ ਜਿਹੜਾ ਉਹ ਬੜੀ ਤੇਜ਼ੀ ਨਾਲ ਪਣਪ ਰਿਹਾ ਵਾ। ਆਪਾਂ ਦੇਖਿਆ ਕਿ ਜੇ ਜਿਵੇਂ ਅੱਗੇ ਕਹਿੰਦੇ ਸੀ ਮਾਸਟਰ ਦਾ ਮੁੰਡਾ ਮਾਸਟਰ, ਹੈ ਨਾ, ਪਰ ਹੁਣ ਤਾਂ ਹੋ ਗਏ ਮੰਤਰੀ ਦਾ ਮੁੰਡਾ ਮੰਤਰੀ, ਹੈ ਨਾ ਜੀ, ਜਿਵੇਂ ਢੀਂਡਸਾ ਸਾਹਿਬ ਦੇ ਪਰਮਿੰਦਰ ਸਿੰਘ ਢੀਂਡਸਾ ਆ ਗਏ, ਅਤੇ ਹੋਰ ਕਈ MLA ਨੇ ਜਿਹੜੇ ਉਹਨਾਂ ਦੇ ਵੀ ਲੜਕੇ ਅੱਗੇ ਆ ਗਏ। ਪਰ ਹੁਣ ਜਿਹੜੀ ਅੱਗੇ ਦੇਖਦੇ ਬਾਦਲ ਪਰਿਵਾਰ ਦੀ ਜਿਹੜੀ ਤੀਜੀ ਪੀੜ੍ਹੀ ਆ, ਪਹਿਲਾਂ ਵੱਡੇ ਬਾਦਲ ਸਾਹਿਬ ਨੇ, ਸੁਖਬੀਰ ਸਿੰਘ ਬਾਦਲ, ਹੁਣ ਉਹਨਾਂ ਦੀ ਅੱਗੇ ਅਗਲੀ ਪੀੜ੍ਹੀ ਜਿਹੜੀ ਉਹ ਵੀ ਚੋਣ ਮੈਦਾਨ ਵਿੱਚ ਆ ਗਈ, ਇਹ ਕੀ ਆ ਕਿ ਪਰਿਵਾਰਵਾਦ ਦੀ ਜਿਹੜੀ ਪਕੜ ਆ ਹੋਰ ਮਜ਼ਬੂਤ ਨਹੀਂ ਹੋ ਰਹੀ? ਦੇਖੋ ਭਾਜੀ, ਜਿੱਥੋਂ ਤੱਕ ਬਾਦਲ ਪਰਿਵਾਰ ਦਾ ਸੰਬੰਧ ਆ, ਉਹ ਤਾਂ ਆਪਣੇ ਆਪ ਨੂੰ ਇਹ ਸਮਝਿਆ ਕਿ ਅਸੀਂ ਠੇਕਾ ਲਿਆ ਹੋਇਆ ਪੰਜਾਬ ਦਾ, ਵੱਡੇ ਬਾਦਲ ਦੀ ਜਗ੍ਹਾ ਛੋਟਾ ਬਾਦਲ ਆ ਗਿਆ, ਛੋਟੇ ਬਾਦਲ ਦੀ ਜਗ੍ਹਾ ਹੁਣ ਉਹਦਾ ਜੂਨੀਅਰ ਬਾਦਲ ਆ ਗਿਆ ਤੀਜੀ ਥਾਂ 'ਤੇ। ਸੋ ਇਹ ਜਿੱਥੇ ਲੋਕਤੰਤਰ ਦੀ ਗੱਲ ਆ, ਭਾਵੇਂ ਕਿ ਜਿੱਤਦੇ ਵੋਟਾਂ ਨਾਲ ਨੇ, ਪਰੰਤੂ ਵੋਟਾਂ ਜਿਹੜੀਆਂ ਉਹ ਕਿਵੇਂ ਲੈਂਦੇ ਨੇ ਉਹ ਵੀ ਸਾਨੂੰ ਪਤਾ, ਉਹ ਅਸੀਂ ਬਾਖੂਬੀ ਜਾਣਦੇ ਹਾਂ ਕਿ ਬਾਦਲ ਕੇ ਆ ਜਿਹੜੇ ਵੋਟਾਂ ਕਿਵੇਂ ਲੈਂਦੇ ਨੇ, ਕਿਸ ਤਰ੍ਹਾਂ ਲੋਕਾਂ ਨੂੰ ਨੋਟਾਂ ਦੇ ਨਾਲ, ਨਸ਼ਿਆਂ ਦੇ ਨਾਲ ਰੁਝਾਨ ਆ ਜਿਹੜਾ ਉਹ ਇਹਨਾਂ ਨੇ ਆਪੋ ਆਪਣੇ ਹਲਕਾਂ 'ਚ ਪਾਇਆ ਹੋਇਆ। ਸੋ ਉਸ ਢੰਗ ਤਰੀਕੇ ਦੇ ਨਾਲ ਇਹ ਵੋਟਾਂ ਲੈ ਕੇ, ਵੋਟਾਂ ਬਟੋਰ ਕੇ, ਫਿਰ ਕਹਿੰਦੇ ਸਭ ਤਾਂ ਜੀ ਲੋਕਾਂ ਨੇ ਚੁਣਿਆ। ਹਾਂਜੀ, ਲੋਕਾਂ ਨੇ ਜਿਹੜਾ ਚੁਣਨਾ ਹੁੰਦਾ ਉਹਦਾ ਇੱਕ ਹੋਰ ਤਰੀਕਾ ਵਾ, ਉਹਦਾ ਹੋਰ ਢੰਗ ਤਰੀਕਾ। ਜਿਹੜਾ ਲੋਕਾਂ ਦੀ ਵੋਟ ਲੈਣੀ ਜਾਂ ਲੋਕਾਂ ਵੱਲੋਂ ਵੋਟ ਦੇਣੀ, ਇਹ ਦੋਨਾਂ 'ਚ ਵੀ ਅੰਤਰ ਆ।
ਬਿਲਕੁਲ। ਸੋ ਇਹ ਵੋਟ ਲੋਕਾਂ ਦੀ ਵੋਟ ਲੈਂਦੇ ਨੇ, ਲੋਕ ਇਹਨਾਂ ਨੂੰ ਵੋਟ ਦਿੰਦੇ ਨਹੀਂ, ਇਹ ਲੋਕਾਂ ਦੀ ਵੋਟ ਲੈਂਦੇ ਨੇ, ਚਾਹੇ ਉਹਦੇ ਲਈ ਇਹਨਾਂ ਨੂੰ ਕੋਈ ਵੀ ਢੰਗ ਤਰੀਕਾ ਜਿਹੜਾ ਉਹ ਵਰਤਣਾ ਪੈਂਦਾ। ਹੁਣ ਜਿੱਥੋਂ ਤੱਕ ਗੱਲ ਬਾਦਲ ਪਰਿਵਾਰ ਦੀ ਤੀਜੀ ਪੀੜ੍ਹੀ ਦੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਬਾਦਲ ਪਰਿਵਾਰ ਦਾ ਜਿਹੜਾ ਉਹਦਾ ਆਪਣਾ ਵੱਡੇ ਬਾਦਲ ਦਾ ਪੋਤਾ ਵਾ, ਸੁਖਬੀਰ ਦਾ ਬੇਟਾ ਵਾ, ਅਨੰਤਵੀਰ ਸਿੰਘ, ਬਾਰਵੀਂ ਦਾ ਵਿਦਿਆਰਥੀ ਆ। ਠੀਕ ਹੈ ਜੀ। ਸੋ ਹੁਣ ਉਹ ਚਲੋ ਆਪਣੀ ਮਾਂ ਦੇ ਹਲਕੇ 'ਚ ਜਾਵੇ, ਗੱਲ ਸਮਝ ਆਉਂਦੀ ਆ ਵੀ ਚਲੋ ਕੋਈ ਨਹੀਂ, ਆਪਣੀ ਮਾਂ ਦੀ ਸਹਾਇਤਾ ਦੇ ਲਈ ਆ ਜਿਹੜਾ ਉਹ ਚੋਣ ਜਲਸਿਆਂ 'ਚ ਜਾ ਰਹੇ ਨੇ। ਹੁਣ ਉਹਨੂੰ ਲਿਆ ਕੇ ਪਟਿਆਲੇ ਦੇ ਵਿੱਚ ਦੋ ਚੋਣ ਦਫ਼ਤਰਾਂ ਦਾ ਉਦਘਾਟਨ ਕਰਵਾਇਆ ਜਾਂਦਾ, ਇੱਕ ਬਾਰਵੀਂ 'ਚ ਪੜ੍ਹਦੇ ਮੁੰਡੇ ਤੋਂ, ਦੇਖੋ। ਸੋ ਉਹਨੂੰ ਅੱਜ ਹੀ ਮਤਲਬ ਪਾਰਟੀ ਜਿਹੜੇ ਵਰਕਰ ਆਮ ਵਰਕਰ ਉਹਨਾਂ 'ਤੇ ਠੋਸ ਆ, ਉਹਨੂੰ ਬਤੌਰ ਆਗੂ ਲਿਆ ਕੇ ਉਦੋਂ ਚੋਣ ਮਤਲਬ ਦਫ਼ਤਰਾਂ ਦਾ ਉਦਘਾਟਨ ਕਰਾਇਆ ਜਾਂਦਾ। ਦੇਖੋ ਆਮ ਵਰਕਰ ਵਜੋਂ ਕੰਮ ਕਰੇ, ਪਰਿਵਾਰ ਦਾ ਬੰਦਾ ਵਾ, ਆਮ ਵਰਕਰ ਵਜੋਂ ਕੰਮ ਕਰੇ, ਸ਼ਾਇਦ ਕਿਸੇ ਨੂੰ ਇਤਰਾਜ਼ ਨਾ ਹੋਵੇ, ਪਰੰਤੂ ਇਹ ਜਿਹੜਾ ਉਹਨੂੰ ਇੱਕ ਪਾਰਟੀ ਆਗੂ ਵਜੋਂ ਹੁਣੇ, ਅਜੇ ਉਹ ਬਾਰਵੀਂ 'ਚ ਪੜ੍ਹਦਾ ਵਾ, ਸਕੂਲ ਪੜ੍ਹਦਾ ਵਾ, ਪਰੰਤੂ ਉਹਨੂੰ ਪਾਰਟੀ ਆਗੂ ਵਜੋਂ ਹੁਣੇ ਥੋਪਤਾ। ਸੋ ਇਹ ਇਸ ਗੱਲ ਦਾ ਸੰਕੇਤ ਆ ਕਿ ਪੰਜਾਬ ਦੀ ਸਿਆਸਤ, ਪੰਜਾਬ ਨਹੀਂ ਕਿ ਵੈਸੇ ਤਾਂ ਸਾਰੇ ਮੁਲਕ ਦੇ ਵਿੱਚ ਇਹੀ ਹਾਲ ਆ ਕਿ ਪਰਿਵਾਰਵਾਦ ਆ ਜਿਹੜਾ, ਇਹਦੀਆਂ ਜੜ੍ਹਾਂ ਨੇ ਉਹ ਰਜਵਾੜਾ ਸ਼ਾਹੀ ਵਾਂਗੂ, ਭਾਵੇਂ ਵੋਟਾਂ ਨਾਲ ਹੀ ਆ ਪਰੰਤੂ ਰਜਵਾੜਾ ਸ਼ਾਹੀ ਵਾਂਗੂ ਇਹਦੀਆਂ ਜੜ੍ਹਾਂ ਨੇ ਜਿਹੜੀਆਂ ਮਜ਼ਬੂਤ ਹੋ ਰਹੀਆਂ ਨੇ। ਵੀ ਐਮ ਪੀ ਦਾ ਮੁੰਡਾ ਐਮ ਪੀ, ਉਹਦਾ ਅੱਗੋ ਪੋਤਾ ਐਮ ਪੀ, ਉਹਦਾ ਅੱਗੋ ਪੋਤਾ ਐਮ ਪੀ, ਮੰਤਰੀ ਦਾ ਮੁੰਡਾ ਮੰਤਰੀ, ਮੰਤਰੀ ਦਾ ਪੋਤਾ ਮੰਤਰੀ। ਸੋ ਇਹ ਵੀ ਇੱਕ ਪਿਰਤ ਆ ਜਿਹੜੀ ਇਹ ਚੱਲਣੀ ਸ਼ੁਰੂ ਹੋ ਗਈ ਆ, ਜਿਹੜੀ ਬੇਹੱਦ ਮਾੜੀ ਆ ਲੋਕਤੰਤਰ ਲਈ, ਬੇਹੱਦ ਮਾੜੀ ਆ, ਕਿਉਂਕਿ ਇਹ ਵੋਟ ਲੈਣ ਅਤੇ ਵੋਟ ਦੇਣ ਦਾ ਜਿਹੜਾ ਉਹਦਾ ਜਿਹੜਾ ਵੱਡਾ ਇਹਦੇ ਵਿੱਚ ਪਾੜਾ ਆ ਰਿਹਾ। ਬਿਲਕੁਲ ਜੀ, ਕਿ ਅਸੀਂ ਸੀਟ ਜਿੱਤਣੀ ਜਿੱਤਣੀ ਆ ਚਾਹੇ ਕੁਛ ਹੋ ਜੇ। ਸੋ ਇਹ ਵੋਟ ਲੈਣ ਅਤੇ ਵੋਟ ਦੇਣ ਦਾ ਜਿਹੜਾ ਵੱਡਾ ਪਾੜਾ ਆ ਰਿਹਾ, ਉਹ ਸਿਰਫ ਅਤੇ ਸਿਰਫ ਇਹ ਪਰਿਵਾਰਵਾਦ ਕਰਕੇ ਆ, ਨੋਟਾਂ ਅਤੇ ਨਸ਼ਿਆਂ ਦੇ ਅਤੇ ਜਾਤ ਪਾਤ ਇਲਾਕਾਵਾਦ ਦੀ ਜਿਹੜੀ ਹਥਿਆਰ ਦੇ ਨਾਲ ਚੋਣਾਂ ਜਿੱਤੀਆਂ ਜਾਂਦੀਆਂ ਨੇ, ਉਹਨੂੰ ਇਹ ਹੋਰ ਮਤਲਬ ਉਤਸ਼ਾਹਿਤ ਕਰੂਗਾ, ਹੋਰ ਮਜ਼ਬੂਤ ਕਰੂਗਾ। ਹਾਂ ਬਿਲਕੁਲ, ਇਹ ਬੜਾ ਖਤਰਨਾਕ ਰੁਝਾਨ ਜਿਹੜਾ ਪੈਦਾ ਹੋ ਰਿਹਾ ਇਹ। ਜਿਹੜਾ ਸਾਹਿਬ ਆਪਾਂ ਸਾਰੇ ਜਾਣਦੇ ਨੇ, ਜਿੰਨੇ ਨਾਨਕ ਨਾਮ ਦੇਵਾ ਨੇ, ਸਿੱਖ ਕੌਮ ਜਿਹੜੀ ਹੈ, ਸਿੱਖ ਜਗਤ, ਕਿ ਨਿਰੰਕਾਰੀਆਂ ਨੇ ਸਿੱਖਾਂ ਨੂੰ ਕਿੱਡੇ ਕਿੱਡੇ ਜ਼ਖਮ ਦਿੱਤੇ ਨੇ, ਔਰ ਇਹਨਾਂ ਨਾਲ ਰੋਟੀ ਪੇਟੀ ਦੀ ਜਿਹੜੀ ਸਾਂਝ ਆ ਉਹ ਵੀ ਅਕਾਲ ਤਖ਼ਤ ਤੋਂ ਹੁਕਮ ਅਨੁਸਾਰ ਹੁਕਮਨਾਮਾ ਜਾਰੀ ਹੋਇਆ। ਪਰ ਜਿਹੜੇ ਹਰਦੀਪ ਪੁਰੀ ਨੇ, ਹੈ ਨਾ, ਉਹ ਨਿਰੰਕਾਰੀ ਮਾਤਾ ਦੇ ਜਾ ਕੇ ਮੱਥਾ ਟੇਕਿਆ, ਉਹਨਾਂ ਨੇ ਉਹਨਾਂ ਦੇ ਆਸ਼ੀਰਵਾਦ ਲਈ ਆ, ਕੀ ਜ਼ਹਿਰ ਅਕਾਲ ਤਖ਼ਤ ਜਿਹੜੇ ਹਰਦੀਪ ਪੁਰੀ ਨੇ ਇਹਨਾਂ 'ਤੇ ਕੋਈ ਐਕਸ਼ਨ ਲੈਣਗੇ? ਬੱਬੀ ਭਾਅ ਜੀ, ਤੁਸੀਂ ਇਹ ਸੋਚ ਕਿਵੇਂ ਲਿਆ ਕਿ ਜਥੇਦਾਰ ਅਕਾਲ ਤਖ਼ਤ ਨੇ ਜਿਹੜੇ ਉਹ ਬਾਦਲਾਂ ਦੀ ਭਾਈਵਾਲ ਭਾਜਪਾ ਦੇ ਲੋਕ ਸਭਾ ਉਮੀਦਵਾਰ ਵਿਰੁੱਧ ਕੋਈ ਐਕਸ਼ਨ ਲੈਣਗੇ? ਸੋ ਇਹ ਜਿਹੜੇ ਲੋਕ ਨੇ ਭਾਜਪਾ, ਜਿਹੜੀ ਅਸੀਂ ਬਾਖੂਬੀ ਜਾਣਦੇ ਹਾਂ ਕਿ ਇਹ ਸਿੱਖ ਦੁਸ਼ਮਣ ਜਮਾਤ ਹੈ। ਹੇਰ ਸਾਹਿਬ, ਇੱਥੇ ਗੱਲ ਭਾਜਪਾ ਦੇ ਉਮੀਦਵਾਰ ਨਹੀਂ, ਮੈਂ ਤਾਂ ਕਰ ਰਿਹਾ ਬਤੌਰ ਸਿੱਖ ਹਰਦੀਪ ਪੁਰੀ। ਸਿੱਖ ਤਾਂ ਹੈ ਹੀ ਨਹੀਂ ਗੇ, ਇਹ ਦਿਖਾਵੇ ਦੇ ਭਿੱਖ ਹੀ ਸਿੱਖ ਨੇ। ਦੇਖੋ, ਜਿਹੜਾ ਸਿੱਖ ਇਹ ਜਾਣਦਾ ਹੋਇਆ, ਇਹ ਬੁੱਝਦਾ ਹੋਇਆ ਕਿ ਭਾਜਪਾ ਜਿਹੜੀ ਉਹ ਸਿੱਖਾਂ ਦੀ ਦੁਸ਼ਮਣ ਜਮਾਤ ਆ, ਆਰ ਐਸ ਐਸ ਜਿਹੜੀ ਉਹਦੀ ਮਾਂ ਵਾ, ਉਹ ਉਸ ਤੋਂ ਵੱਡੀ ਸਿੱਖਾਂ ਦੀ ਦੁਸ਼ਮਣ ਜਮਾਤ ਆ, ਤੇ ਫਿਰ ਵੀ ਜੇ ਕੋਈ ਬੰਦਾ ਭਾਜਪਾ ਦਾ ਮੈਂਬਰ ਬਣਦਾ ਵਾ ਤਾਂ ਉਹ ਸਿੱਖ ਕਿਵੇਂ ਰਹਿ ਜੂਗਾ? ਉਹ ਤਾਂ ਇੱਕ ਭਿੱਖੀ ਸਿੱਖ ਆ, ਕਿ ਉਹਦਾ ਲਿਬਾਸ ਆ ਜਿਹੜਾ ਸਿੱਖਾਂ ਵਾਲਾ, ਪਰੰਤੂ ਹੈਗਾ ਉਹ ਭਗਵਾਂ ਸਿੱਖ ਆ, ਇਹਦੇ 'ਚ ਕੋਈ ਦੋ ਰਾਮਾ ਨਹੀਂ ਆ। ਭਾਜਪਾ ਦੀ ਮਦਦ ਕਰਨ ਵਾਲਾ, ਭਾਜਪਾ ਦਾ ਮੈਂਬਰ ਬਣਨ ਵਾਲਾ, ਭਾਜਪਾ ਦਾ ਭਾਈਵਾਲ ਬਣਨ ਵਾਲਾ ਕਦੇ ਵੀ ਸਿੱਖ ਨਹੀਂ ਹੋ ਸਕਦਾ। ਇਹ ਮਤਲਬ ਪੱਥਰ 'ਤੇ ਲਕੀਰ ਵਾਲੀ ਗੱਲ ਹੈ। ਠੀਕ, ਕਿਉਂਕਿ ਇੱਕ ਪਾਸੇ ਦੇਖੋ, ਸਿੱਖਾਂ ਦਾ ਨਿਆਰੀ ਨਿਰਾਲੀ ਹੋਣ ਦਾ, ਜਿਹੜੀ ਗੁਰੂ ਨਾਨਕ ਸਾਹਿਬ ਨੇ ਨਿਰਮਲ ਪੰਥ ਚਲਾ ਕੇ, ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਾਜੀ ਆ, ਅਤੇ ਦੂਜੇ ਪਾਸੇ ਉਹ ਜਮਾਤ ਆ ਜਿਹੜੀ ਕਹਿੰਦੀ ਆ ਕਿ ਸਿੱਖ ਆ ਜਿਹੜੇ ਉਹ ਹਿੰਦੂ ਧਰਮ ਦਾ ਹਿੱਸਾ। ਹਾਂਜੀ,
ਸੋ ਸਾਡਾ ਤਾਂ ਉਹਨਾਂ ਦੇ ਨਾਲ ਮੁੱਢਲੇ ਰੂਪ ਦੇ ਵਿੱਚ ਵਿਰੋਧ ਜਾਂ ਸ਼ੁਰੂ ਹੋ ਜਾਂਦਾ, ਜਿਹਨੂੰ ਆਪਾਂ ਬੈਰ ਵੀ ਕਹਿ ਸਕਦੇ ਹਾਂ। ਉਹ ਸਾਡੀ ਹੋਂਦ ਨੂੰ ਮੰਨਣ ਲਈ ਤਿਆਰ ਨੇ, ਸਾਡੀ ਹੋਂਦ ਤੋਂ ਮੁਨਕਰ ਨੇ। ਗੁਰੂ ਸਾਹਿਬਾਨ ਬਾਰੇ ਕੀ ਟਿੱਪਣੀਆਂ ਕੀਤੀਆਂ ਇਹਨਾਂ ਨੇ ਅੱਜ ਤੱਕ, ਸਿੱਖਾਂ ਬਾਰੇ ਕੀ ਟਿੱਪਣੀਆਂ ਕਰਦੇ ਨੇ ਅੱਜ ਤੱਕ। ਸੋ ਇਹ ਸਾਰਾ ਕੁਝ ਦੇਖਦੇ ਹੋਏ ਮੈਂ ਸਮਝਦਾ ਕਿ ਇਹ ਜਿਹੜੇ ਬੰਦੇ ਵੀ ਭਗਵਾਂ ਬ੍ਰਿਗੇਡ ਦਾ ਸਾਥ ਦਿੰਦੇ ਆ, ਭਗਵਾਂ ਬ੍ਰਿਗੇਡ ਦਾ ਹਿੱਸਾ ਬਣਦੇ ਨੇ, ਉਹ ਭਗਵੇਂ ਸਿੱਖ ਨੇ। ਉਹਨਾਂ ਦਾ ਸਿੱਖੀ ਨਾਲ ਕੋਈ ਬਹੁ ਵਾਸਤਾ ਨਹੀਂ, ਸਿਰਫ ਭੇਖ ਆ ਸਿੱਖੀ ਦਾ ਉਹਨਾਂ ਦਾ। ਸੋ ਹੁਣ ਤੁਸੀਂ ਇਹ ਦੇਖੋ, ਜਿਹੜੀ ਹੁਣ ਤੁਸੀਂ ਗੱਲ ਕੀਤੀ ਆ ਕਿ ਇਹ ਜਿਹੜਾ ਹਰਦੀਪ ਪੁਰੀ ਆ ਇਹ ਭਾਜਪਾ ਵੱਲੋਂ ਚੋਣ ਲੜ ਰਿਹਾ, ਹਾਂਜੀ, ਤੇ ਚੋਣ ਕਿਹੜੀ ਸੀਟ ਤੋਂ ਲੜ ਰਿਹਾ? ਪਹਿਲੀ ਗੱਲ ਤਾਂ ਇਹ ਆ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦਾ ਕੇਂਦਰੀ ਸਥਾਨ ਆ, ਹਾਂਜੀ, ਭਗਤੀ ਦਾ ਕੇਂਦਰ ਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਥਿਤ ਨੇ ਉੱਥੇ। ਤੋ ਜੇ ਉਹ ਸੀਟ ਮਤਲਬ ਬਾਦਲ ਕੇ ਭਾਜਪਾ ਨੂੰ ਦੇ ਦਿੰਦੇ ਨੇ, ਤੇ ਉਹਨਾਂ ਦਾ ਪਹਿਲੀ ਗੱਲ ਤਾਂ ਦੱਸ ਦਓ ਵੀ ਸਿੱਖੀ ਪ੍ਰੇਮ ਕਿੱਥੇ ਆ? ਇਹ ਵੀ ਗੱਲ ਮੰਨਣ ਵਾਲੀ ਹੈ। ਸਿੱਖਾਂ ਦਾ ਜਿਹੜੇ ਮਤਲਬ ਸਿੱਖਾਂ ਦਾ ਕੇਂਦਰ ਆ, ਦੁਨੀਆਂ ਭਰ ਦੇ ਸਿੱਖਾਂ ਦਾ ਕੇਂਦਰੀ ਸਥਾਨ ਆ, ਭਗਤੀ ਦਾ ਕੇਂਦਰ ਆ, ਧਰਤੀ ਦਾ ਸੱਚਖੰਡ ਆ, ਉਸ ਸੀਟ ਦਾ ਜੇ ਐਮ ਪੀ ਸਿੱਖ ਨਹੀਂ ਹੋ ਸਕੂਗਾ ਤਾਂ ਫਿਰ ਮਤਲਬ ਕਹਿਣ ਕਹਿਣ ਦੀਆਂ ਗੱਲਾਂ ਰਹਿੰਦੀਆਂ ਨੇ। ਮਤਲਬ ਮੁੱਢਲੇ ਰੂਪ ਦੇ ਵਿੱਚ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਅਸੀਂ ਭਗਵਿਆਂ ਦੇ ਝੋਲੀ 'ਚ ਪਾ ਕੇ ਸਿੱਖੀ ਦੀ ਪਿੱਠ ਛੁਰਾ ਮਾਰਿਆ ਹੋਇਆ। ਸੋ ਹੁਣ ਦੂਜੀ ਗੱਲ ਅਗਲੀ, ਜਦੋਂ ਅਸੀਂ ਖੁਦ ਹੀ ਪਿੱਠੇ ਛੁਰਾ ਮਾਰਿਆ ਹੋਇਆ ਸਿੱਖੀ ਦੀ, ਤਾਂ ਫਿਰ ਅਗਲਿਆਂ ਨੇ ਤਾਂ ਮਾਰਨਾ ਹੀ ਆ, ਰਹਿੰਦੀ ਖੁਦੀ ਕਸਰ ਫਿਰ ਉਹ ਪੂਰੀ ਕਰ ਦਿੰਦੇ ਨੇ। ਹੁਣ ਹਰਦੀਪ ਪੁਰੀ ਆ ਜਿਹੜਾ, ਹੁਣ ਸਿੱਖ ਤਾਂ ਮੈਂ ਇਹਦੇ ਨਾਲ ਨਹੀਂ ਲਾਊਂਗਾ, ਸੋ ਹਰਦੀਪ ਪੁਰੀ ਆ ਜਿਹੜਾ ਮੋਦੀ ਦੀ ਪਸੰਦ ਆ, ਉਹ ਸਿੱਖ ਹੋ ਹੀ ਨਹੀਂ ਸਕਦਾ। ਦੂਜੀ ਗੱਲ ਇਹ ਆ ਗਈ। ਸੋ ਹੁਣ ਉਹ ਅੰਮ੍ਰਿਤਸਰ ਸਾਹਿਬ ਤੋਂ ਆ ਜਿਹੜਾ ਉਹਨਾਂ ਨੇ ਭਾਜਪਾ ਨੇ ਆਪਣਾ ਉਮੀਦਵਾਰ ਐਲਾਨਿਆ, ਕਿਉਂਕਿ 65% ਵੋਟਰ ਆ ਜਿਹੜਾ ਅੰਮ੍ਰਿਤਸਰ ਦਾ, ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ, ਉਹ ਸਿੱਖ ਆ। ਦੇਖੋ ਕਿੱਡੀ ਵੱਡੀ ਗੱਲ ਹੈ, ਤੇ ਉਹ ਸੀਟ ਆ ਜਿਹੜੀ ਉਹ ਭਗਵਿਆਂ ਕੋਲ ਆ, ਭਾਜਪਾ ਕੋਲ ਆ। ਫਿਰ ਹੁਣ ਭਾਜਪਾ ਦੀ ਮਜਬੂਰੀ ਬਣ ਜਾਂਦੀ ਆ ਕਿ ਉਹ ਉੱਥੇ ਕੋਈ ਨਾ ਕੋਈ ਭੇਖੀ ਸਿੱਖ ਨੂੰ ਭੇਜਦੀ ਆ, ਵੀ ਲੋਕ ਕਹਿਣ ਵੀ ਹਾਂ ਭਾਈ ਇਹ ਤਾਂ ਸਿੱਖ ਆ, ਸਿੱਖ ਨੂੰ ਉਹਦਾ ਭੇਖ ਦੇ ਕੇ ਉਹਨੂੰ ਵੋਟਾਂ ਪਾਉਣ, ਕਿਉਂਕਿ ਅਰੁਣ ਜੇਤਲੀ ਨਾਲ ਵਾਪਰ ਚੁੱਕੀ ਆ। ਇਸ ਕਰਕੇ ਉਹਨਾਂ ਨੇ ਮਤਲਬ ਉਹ ਹੁਣ ਹਰਦੀਪ ਪੁਰੀ ਨੂੰ ਜਿਹੜਾ ਸਿੱਖੀ ਭੇਜ ਵਾਲਾ ਉਹਨੂੰ ਭੇਜਤਾ, ਤੇ ਉਸ ਬੰਦੇ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੁਕਮਨਾਮਾ ਜਾਰੀ ਹੋਇਆ ਹੋਇਆ ਕਿ ਕੋਈ ਸਿੱਖ ਆ ਜਿਹੜਾ ਉਹ ਨਰਕਧਾਰੀਆਂ ਨਾਲ ਜਾਂ ਨਿਰੰਕਾਰੀਆਂ ਨਾਲ ਰੋਟੀ ਬੇਟੀ ਦੀ ਸਾਂਝ ਆ ਜਿਹੜੀ ਉਹ ਨਹੀਂ ਰੱਖ ਸਕਦਾ, ਉਹਨਾਂ ਨਾਲ ਮਤਲਬ ਬੋਲਚਾਲ ਵੀ ਨਹੀਂ ਰੱਖ ਸਕਦਾ, ਉਹਨਾਂ ਨਾਲ ਕਿਸੇ ਤਰ੍ਹਾਂ ਦਾ ਸੰਬੰਧ ਵੀ ਨਹੀਂ ਰੱਖ ਸਕਦਾ। ਸੋ ਉਹਨਾਂ ਦੀ ਜਿਹੜੀ ਉਹ ਆਪਦੀ ਮਾਂ ਕਹਿੰਦੀ ਆ ਉੱਥੋਂ ਅੰਮ੍ਰਿਤਸਰ ਦੀ ਜਿਹੜੀ ਡੇਰੇ ਦੀ ਸੰਚਾਲਕ ਆ, ਉਹਦੇ ਜਾ ਕੇ ਮਤਲਬ ਗੋਡੀਆਂ ਹੱਥ ਲਾਉਣਾ ਤਾਂ ਬਹੁਤ ਦੂਰ ਦੀ ਗੱਲ ਆ, ਉਹਦੇ ਮਤਲਬ ਪੈਰਾਂ 'ਤੇ ਸਿਰ ਰੱਖ ਕੇ, ਉਹਦੀ ਫੋਟੋ ਆ ਜਿਹੜੀ ਉਸ ਵੇਲੇ ਪੈਰਾਂ 'ਤੇ ਛਪੂਗੀ ਵੀ, ਉਹਦੇ ਪੈਰਾਂ 'ਚ ਸਿਰ ਰੱਖ ਕੇ ਉਹਨੂੰ ਮੱਥਾ ਟੇਕਦਾ। ਸੋ ਇੱਥੋਂ ਤੱਕ ਗਿਰ ਜਾਣਾ ਜਿਹੜਾ ਮਤਲਬ, ਫਿਰ ਅਸੀਂ ਫਿਰ ਵੀ ਜੇ ਅਸੀਂ ਉਹਨੂੰ ਸਿੱਖ ਕਹੀਏ ਤੇ ਇਹ ਸਾਡੀ ਬੇਵਕੂਫੀ ਹੋਊਗੀ, ਉਹਦੀ ਤਾਂ ਕੋਈ ਨਹੀਂ, ਉਹ ਤਾਂ ਕਿਉਂਕਿ ਭੇਖੀ ਸਿੱਖ ਆ, ਉਹਨੇ ਤਾਂ ਹਰ ਭੇਖ ਆ ਜਿਹੜਾ ਵੋਟਾਂ ਲਈ ਉਹ ਹਰ ਭੇਖ ਬਦਲ ਸਕਦਾ, ਵੋਟਾਂ ਲਈ ਉਹ ਹਰ ਕੁਛ ਆ ਜਿਹੜਾ ਉਹ ਕਰ ਸਕਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹਦਾ ਦੀਨ ਮਾਨ ਆ ਤਾਂ ਵੋਟਾਂ ਨੇ ਇਸ ਵੇਲੇ, ਵੋਟਾਂ ਲਈ ਉਹਦਾ ਜਿਹਦੇ ਮਰਜ਼ੀ ਪੈ ਰਹੀ ਹੱਥ ਲਵਾ ਲਓ, ਵੋਟਾਂ ਲਈ ਜੋ ਕੁਛ ਉਹ ਤੋਂ ਮਰਜ਼ੀ ਕਰਵਾ ਲਓ ਉਹ ਕਰੂਗਾ, ਪਰੰਤੂ ਦੇਖਣਾ ਤਾਂ ਸਿੱਖਾਂ ਨੇ ਆ ਕਿ ਉਹਨਾਂ ਦੇ ਨਾਲ ਵਾਪਰ ਕੀ ਰਿਹਾ, ਉਹਨਾਂ ਦੇ ਜਿਹੜੇ ਮਤਲਬ ਸ੍ਰੀ ਅਕਾਲ ਤਖ਼ਤ ਆ ਉਹਦੇ ਹੁਕਮਨਾਮੇ ਦੀਆਂ ਧੱਜੀਆਂ ਕਿਵੇਂ ਉਡਾਈਆਂ ਜਾ ਰਹੀਆਂ ਨੇ। ਸੋ ਜੇ ਇਹ ਲੋਕ ਹੁਕਮਨਾਮੇ ਦੀਆਂ ਧੱਜੀਆਂ ਉਡਾਉਂਦੇ ਨੇ ਤੇ ਅਸੀਂ ਇਹਨਾਂ ਦੇ ਨਾਲ ਕਿਹੋ ਜਿਹਾ ਵਿਵਹਾਰ ਕਰਨਾ, ਇਹ 23 ਤਰੀਕ ਨੂੰ ਪਤਾ ਲੱਗੂਗਾ, ਤੇ ਅਸੀਂ ਜਿਹੜਾ ਵਿਵਹਾਰ ਕਰਨਾ ਵਾ ਉਹ ਫੈਸਲਾ ਅਸੀਂ 19 ਮਈ ਨੂੰ ਲੈਣਾ। ਤੁਹਾਡੇ ਕਹਿਣ ਦਾ ਮਤਲਬ ਇਹ ਕਿ ਜਿਸ ਤਰ੍ਹਾਂ ਅਕਾਲ ਤਖ਼ਤ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਜਾਏਗਾ? ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ, ਮਤਲਬ ਵੀ ਨਹੀਂ ਹੁੰਦਾ ਵੀ ਜਿਹਦਾ ਅਕਾਲ ਤਖ਼ਤ ਇਹਦੇ ਬਾਰੇ ਕੋਈ ਐਲਾਨ ਵੀ ਕਰ ਦੇਵੇ, ਹੱਕ ਐਕਸ਼ਨ ਲੈਣਾ ਤਾਂ ਬਹੁਤ ਦੂਰ ਦੀ ਗੱਲ ਆ, ਵੀ ਮਾੜਾ ਕੀਤਾ ਉਹਨੇ, ਇੰਨੀ ਗੱਲ ਵੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਕੀਮਤ 'ਚ ਉਹ ਕਹੂਗਾ।
ਚਲੋ ਤੁਹਾਡੀ ਗੱਲ ਵੀ ਮੰਨਣ ਯੋਗ ਹੈ ਜੀ। ਪਿਆਰੇ ਦਰਸ਼ਕੋ, ਇਹ ਸੀ ਸਾਡਾ ਪ੍ਰੋਗਰਾਮ ਖਬਰ ਦੇ ਵਿਚਾਰ। ਮੈਨੂੰ ਆਸ ਹੈ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਏਗਾ। ਤੁਸੀਂ ਆਪਣੇ ਵਿਚਾਰ ਅਤੇ ਕਮੈਂਟ ਸਾਡੇ ਫੇਸਬੁੱਕ ਪੇਜ 'ਤੇ ਸਾਂਝੇ ਕਰ ਸਕਦੇ ਹੋ, ਸਦਾ ਸਵਾਗਤ। ਇਸ ਦੇ ਨਾਲ ਹੀ ਪ੍ਰੋਗਰਾਮ ਸਮਾਪਤ ਕਰਨ ਦੀ ਦਿਵਾ ਗਿਆ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।